ਵਿਆਹ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋਈਆਂ ਨੇ। ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਡੋਲੀ ਵਾਲੀ ਕਾਰ ਦਾ ਭਿਆਨਕ ਐਕਸੀਡੈਂਟ ਹੋਇਆ। ਕਾਰ ਅਤੇ ਟਰੱਕ ਦੇ ਵਿਚਕਾਰ ਕਿਹਾ ਜਾ ਰਿਹਾ ਕਿ ਜ਼ਬਰਦਸਤ ਟੱਕਰ ਹੋਈ ਜਿਸ ਦੇ ਵਿੱਚ ਡੋਲੀ ਵਾਲੀ ਕਾਰ ਦੇ ਪਰਖੱਚੇ ਉੱਡ ਗਏ ਅਤੇ ਇਸ ਦਰਦਨਾਕ ਹਾਦਸੇ ਦੇ ਵਿੱਚ 5 ਜਾਨਾਂ ਗਈਆਂ ਨੇ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਲਾੜਾ ਲਾੜੀ ਸਮੇਤ ਲਾੜੇ ਦੇ ਪਿਤਾ ਅਤੇ ਭੈਣ ਅਤੇ ਜਵਾਈ ਦੀ ਵੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਤਾਂ ਤਸਵੀਰਾਂ ਵੀ ਇਸ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਕਾਰ ਹੈ ਉਸਦੇ ਪਰਖੱਚੇ ਤੱਕ ਉੱਡ ਗਏ ਨੇ। ਤਾਂ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋਈਆਂ ਨੇ। ਦੱਸ ਦਈਏ ਕਿ ਡੋਲੀ ਵਾਲੀ ਕਾਰ ਦਾ ਭਿਆਨਕ ਐਕਸੀਡੈਂਟ ਹੋਇਆ। ਕਾਰ ਅਤੇ ਟਰੱਕ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ 5 ਲੋਕਾਂ ਦੀ ਜਾਨ ਚਲੀ ਗਈ ਹੈ। ਇੱਕੋ ਪਰਿਵਾਰ ਦੇ 5 ਲੋਕ ਦੱਸੇ ਜਾ ਰਹੇ ਨੇ। ਕਿਹਾ ਜਾ ਰਿਹਾ ਕਿ ਬਰਾਤ ਲੈ ਕੇ ਵਾਪਸ ਆ ਰਹੇ ਸੀ ਅਤੇ ਰਸਤੇ ਦੇ ਵਿੱਚ ਡੋਲੀ ਵਾਲੀ ਕਾਰ ਦੀ ਟੱਕਰ ਇੱਕ ਟਰੱਕ ਦੇ ਨਾਲ ਹੋ ਜਾਂਦੀ ਹੈ ਜਿਸ ਦੇ ਵਿੱਚ ਲਾੜਾ ਲਾੜੀ ਸਮੇਤ ਲਾੜੇ ਦੇ ਪਿਤਾ ਭੈਣ ਅਤੇ ਜਵਾਈ ਦੀ ਵੀ ਕਿਹਾ ਜਾ ਰਿਹਾ ਹੈ ਕਿ ਮੌਕੇ 'ਤੇ ਹੀ ਮੌਤ ਹੋਈ ਹੈ। 5 ਜਾਨਾਂ ਗਈਆਂ ਨੇ ਪਰਿਵਾਰ ਦੀਆਂ। ਹਾਲਾਂਕਿ ਵਿਆਹ ਦੀਆਂ ਖੁਸ਼ੀਆਂ ਸੀ ਪਰਿਵਾਰ ਦੇ ਵਿੱਚ, ਚਾਵਾਂ ਦੇ ਨਾਲ ਡੋਲੀ ਲੈ ਕੇ ਲਾੜਾ ਘਰ ਆ ਰਿਹਾ ਸੀ ਅਤੇ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ। ਤਾਂ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋਈਆਂ ਨੇ। ਡੋਲੀ ਵਾਲੀ ਕਾਰ ਦੇ ਨਾਲ ਭਿਆਨਕ ਹਾਦਸਾ ਵਾਪਰਿਆ। ਕਾਰ ਅਤੇ ਟਰੱਕ ਦੇ ਵਿਚਕਾਰ ਟੱਕਰ ਹੋਈ ਹੈ ਜਿਸ ਦੇ ਵਿੱਚ ਲਾੜਾ ਲਾੜੀ ਸਮੇਤ ਲਾੜੇ ਦੇ ਪਿਤਾ, ਭੈਣ ਅਤੇ ਜਵਾਈ ਦੀ ਮੌਤ ਹੋ ਗਈ ਹੈ। ਆਜ ਕਾ ਜੋ ਹਾਦਸਾ ਹੁਆ ਥਾ ਉਹ ਪਕਰੀਆ ਚੰਡੀ ਦਾ ਇਹ ਮੰਦਿਰ ਹੈ, ਜੰਗਲ ਕੇ ਸੁਰੂ ਬਸ ਉਸੇ 100 ਮੀਟਰ ਆਗੇ ਜੋ ਹੈ, ਅਸਲ ਮੈਂ ਉਹ ਮੋੜ ਖਤਰਨਾਕ ਮੋੜ ਹੈ। ਦੋਨੋਂ ਤਰਫ ਸੇ ਆਨੇ ਜਾਨੇ ਵਾਲੇ ਗਾੜੀਆਂ ਜੋ ਹੈ ਇੱਕ ਦੂਸਰੇ ਕੋ ਦੇਖ ਰਹੇ। ਘਟਨਾ ਕੀ ਸੂਚਨਾ ਕੇ ਸਮੇਂ ਮੈਂ, ਮੇਰੇ ਯਹਾਂ ਛੋਟਾ ਬਾਲਕ ਕਿਓਸਕ ਬੈਂਕ ਚਲਾਤਾ ਹੈ, ਵਹਾਂ ਪਰ ਖੜਾ ਥਾ ਤੋ ਮਹਿਲਾਏ ਚਰਚਾ ਕੀ ਵਹਾਂ ਪੇ ਕਿ ਵੀ ਉਹ ਸੂਰਨਾਇਮ ਸੇ ਸ਼ਾਦੀ ਕੀ ਬਰਾਤ ਵਾਪਿਸ ਹੋ ਰਹੀ ਥੀ, ਉਹ ਜੰਗਲ ਕੇ ਪਾਸ ਘਟਨਾ ਹੋ ਗਈ ਕਰਕੇ। ਚੂੰਕਿ ਓਮ ਸੋਨੀ ਜੀ, ਅਬ ਸਵਰਗੀ ਓਮ ਸੋਨੀ ਕਹਿਣਾ ਜ਼ਿਆਦਾ ਅੱਛੀ ਬਾਤ ਹੈ, ਪਰਿਵਾਰਿਕ ਸੰਬੰਧ ਥੇ ਉਨਸੇ, ਤੋ ਵੋ ਦਿਮਾਗ ਮੇਂ ਥਾ। ਮੈਂ ਤਤਕਾਲ ਆਪਣੀ ਮੋਟਰਸਾਈਕਲ ਉਠਾ ਕੇ ਘਟਨਾ ਸਥਲ ਪਰ ਗਿਆ, ਤਬ ਤੱਕ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਾ ਥਾ ਔਰ ਗਾੜੀਆਂ ਜੋ ਹੈ ਟਰੱਕ ਸੇ ਗਾੜੀ ਟਕਰਾਈ ਥੀ, 4 ਡੇਡ ਬਾਡੀ ਅੰਦਰ ਥੀ, ਇੱਕ ਜੋ ਬਾਲਕ ਕੀ ਬਾਡੀ ਥੀ ਦੁਲਹੇ ਕੀ, ਉਸਕੋ ਲੈ ਕੇ ਹਾਸਪਿਟਲ ਕੇ ਲਈ ਰਵਾਨਾ ਹੋਏ ਥੇ। ਕਿਸ ਤਰ੍ਹਾਂ ਕੀ ਸਥਿਤੀ ਥੀ ਵਹਾਂ, ਆਗ ਵੀ ਲੱਗ ਗਈ ਥੀ? ਇੰਜਨ ਮੇਂ ਟਕਰਾਨੇ ਕੇ ਕਾਰਨ ਆਗ ਲੱਗ ਗਈ ਥੀ, ਹੈ ਨਾ। ਆਪਕੋ ਬੁਲਾ ਬੁਝਾਏ, ਬਾਅਦ ਮੇਂ ਦਮਕਲ ਆਨੇ ਕੇ ਬਾਅਦ ਦਮਕਲ ਸੇ ਵੀ ਬੁਝਾਏ, ਫਿਰ ਬਾਕੀ ਡੇਡ ਬਾਡੀ ਕੋ ਗਾੜੀ ਕੋ ਇਹਨੇ ਦਰਵਾਜ਼ਾ ਤੋੜ ਕੇ ਨਿਕਾਲਣਾ ਪੜਾ। ਸਭਸੇ ਜ਼ਿਆਦਾ ਜੋ ਡੈਮੇਜ ਥਾ ਉਹ ਓਮ ਸੋਨੀ ਜੀ ਕਾ ਹੈ, ਡਰਾਈਵਿੰਗ ਕਰ ਰਹੇ ਥੇ ਵੋ ਔਰ ਉਨਕੀ ਬਾਡੀ ਜੋ ਹੈ ਬੁਰੀ ਕਦਰ ਸੇ ਫੰਸ ਗਈ ਥੀ। ਸੋਨੀ ਜੀ ਹੈ ਭਾਰਤੀ ਜਨਤਾ ਪਾਰਟੀ ਕੇ ਵਰਿਸ਼ਠ ਨੇਤਾ ਹੈ, ਹਮਾਰੇ ਬਲੌਦਾ ਰਹਤੇ ਹੈ, ਬਚਪਨ ਸੇ ਵੋ ਰਾਸ਼ਟਰੀ ਸਵੰਮ ਸੇਵਕ ਸੰਘ ਕੇ ਸਵੰਮ ਸੇਵਕ ਰਹੇ ਹੈ ਔਰ ਉਨਕੀ ਬੜੀ ਬਹਿਣ ਥੀ ਰੇਵਤੀ ਸੋਨੀ ਔਰ ਉਨਕੇ ਜੀਜਾ ਜੀ ਥੇ ਸਰਜੂ ਜੀ, ਉਨਕਾ ਜੋ ਲੜਕਾ ਜਿਸਕੀ ਸ਼ਾਦੀ ਹੋਈ ਸ਼ੁਭਮ ਔਰ ਦੁਲਹਨ, ਇਹ 5 ਇਹ ਤੋ ਅਪੂਰਣੀ ਸ਼ਕਤੀ ਹੈ, ਯਾਨੀ ਸੋਚ ਕੇ ਦਹਿਸ਼ਤ ਹੋਤਾ ਹੈ ਕਿ ਐਸੀ ਘਟਨਾ ਭਗਵਾਨ ਕਿਸੀ ਕੇ ਸਾਥ ਨਾ ਘਟੇ। सोनी परिवार जो शिवनी नारायण से शादी कार्यक्रम से वापस बलौदा बाजार जा रहे थे कि बकरिया के पास ईटा भट्टा के पास मेन रोड में एक ट्रक के साथ में इस गाड़ी की एक्सीडेंट हो गई थी। एक्सीडेंट में गाड़ी में सवार 4 लोगों की मौके पर ही मौत हो गई थी और एक व्यक्ति को हॉस्पिटल लाते समय हॉस्पिटल में उसकी मौत होना पाया गया। जी, ट्रक चालक ट्रक मौके पर छोड़ के फरार है, ट्रक एवं क्षतिग्रस्त वाहन को दोनों पुलिस के कब्जे में ले लिया गया है जिसे सुरक्षा मूलमूला थाना में रखा गया है। शव को पोस्टमार्टम हेतु पामगढ़ जिला अस्पताल में ला करके पोस्टमार्टम किया गया है
पोस्टमार्टम पश्चात शव को परिजनों को सुपुर्द किया जा रहा है।